ਸਤਿ ਸ਼੍ਰੀ ਅਕਾਲ ਜੀ। ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀ ਮਾਨ। ਕਹਿੰਦੇ ਆ ਕਿ ਕੁਦਰਤ 'ਚ ਹੀ ਪਰਮਾਤਮਾ ਦਾ ਵਾਸ ਹੈ ਅਤੇ ਕੁਦਰਤ ਨੇ ਹਰ ਕਿਸੇ ਨੂੰ ਬਹੁਤ ਸਾਰੇ ਸਾਹ ਜਾਣੀ ਹੈ ਜ਼ਿੰਦਗੀ ਦਿੱਤੀ, ਅਤੇ ਜਦੋਂ ਅਸੀਂ ਉਸ ਮੁਤਾਬਕ ਹੀ ਚੱਲਦੇ ਹਾਂ, ਮਤਲਬ ਸਾਡੇ ਇਹ ਸਾਹਾਂ ਦੀ ਲੜੀ ਜੋ ਹੈ ਇਹ ਕੁਦਰਤ ਦੇ ਨਿਯਮਾਂ ਅਨੁਸਾਰ ਚੱਲਦੀ ਹੈ, ਅਤੇ ਜਦੋਂ ਅਸੀਂ ਉਸ ਅਨੁਸਾਰ ਹੀ ਚੱਲਦੇ ਹਾਂ ਤਾਂ ਸੱਚ ਜਾਣੋ ਇਹ ਸਿਤਾਰੇ, ਇਹ ਗ੍ਰਹਿ, ਇਹ ਕਿਸ ਮਤ, ਮਤਲਬ ਕਿਸ ਤਰ੍ਹਾਂ ਦੀ ਮਤ ਕੁਦਰਤ ਨੇ ਸਾਨੂੰ ਦਿੱਤੀ ਹੈ, ਇਹ ਸਾਨੂੰ ਹਰ ਸਮੇਂ ਰਸਤਾ ਦਿਖਾਉਂਦੇ ਹੀ ਰਹਿੰਦੇ ਆ। ਚਲੋ ਸਿਤਾਰਿਆਂ ਦੀ ਗੱਲ ਕਰਾਂਗੇ ਆਪਾਂ ਇਸ ਹਫ਼ਤੇ ਬਦਲਦੇ ਹੋਏ ਸਿਤਾਰਿਆਂ ਦੀ ਸਥਿਤੀ ਦੇ ਮੁਤਾਬਕ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ ਅਤੇ ਨਾਲ ਹੀ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੇ ਟਿਪ ਵੀ ਦੱਸਾਂਗੇ। ਨੰਬਰ ਤੁਹਾਡੀ ਜੋ ਸਕਰੀਨ 'ਤੇ ਆ ਰਿਹਾ ਹੈ, ਤੁਸੀਂ ਸਾਨੂੰ ਫੋਨ ਕਰਕੇ ਆਪਣੇ ਸਿਤਾਰਿਆਂ ਬਾਰੇ ਜਾਣ ਵੀ ਸਕਦੇ ਹੋ ਕਿ ਕਿੱਦਾਂ ਕੀ ਕਰਕੇ ਕਿਸ ਪਾਸੇ ਕਿਸ ਫੀਲਡ ਵਿੱਚ ਜਾ ਕੇ ਸਫਲਤਾ ਮਿਲੇਗੀ ਅਤੇ ਪਰੇਸ਼ਾਨੀ ਕਿਉਂ ਹੈ। ਕਾਰਨ ਆਪਣੇ ਗ੍ਰਹਿਆਂ ਬਾਰੇ ਜਾਣਨਾ ਅਤੇ ਉਸ ਮੁਤਾਬਕ ਚੱਲਣਾ ਹੀ ਅਸਲ ਵਿੱਚ ਮੁਸੀਬਤਾਂ ਨਾਲ ਲੜਨਾ ਜਾਂ ਘੱਟ ਕਰਨਾ, ਖਤਮ ਤਾਂ ਅਸੀਂ ਕਿਸੇ ਚੀਜ਼ ਨੂੰ ਕਰ ਹੀ ਨਹੀਂ ਸਕਦੇ, ਠੀਕ ਹੈ ਨਾ। ਚਲੋ ਅੱਜ ਦਾ ਪੰਚਾਂਗ ਜਾਣਦੇ ਹਾਂ ਆਪਾਂ। ਅੱਜ 11/8/2024 ਦਿਨ ਹੈ ਐਤਵਾਰ ਦਾ। ਤਿਥੀ ਦੀ ਗੱਲ ਕਰੀਏ ਤਾਂ ਤਕਰੀਬਨ ਜੋ ਚਾਨਣ ਪੱਖ ਚੱਲ ਰਿਹਾ ਅਤੇ ਸਵਾਤੀ ਨਕਸ਼ਤਰ ਹੈ, ਤੁਲਾ ਰਾਸ਼ੀ ਵਿੱਚ ਚੰਦਰ ਮਹਾਰਾਜ ਬਣੇ ਹੋਏ ਨੇ ਅਤੇ ਇਸ ਹਫ਼ਤੇ ਜੋ ਚੱਲਣਗੇ ਤੁਲਾ ਰਾਸ਼ੀ ਤੋਂ ਲੈ ਕੇ ਵ੍ਰਿਸ਼ਚਿਕ, ਧਨੂ ਅਤੇ ਮਕਰ ਰਾਸ਼ੀ ਵਿੱਚ 2.5 ਦਿਨ ਬਾਅਦ ਜੋ ਰਾਸ਼ੀ ਪਰਿਵਰਤਨ ਕਰਦੇ ਆ ਉਹ ਕਰਨਗੇ। ਠੀਕ ਨਾਲ ਹੀ 12 ਅਗਸਤ ਸੋਮਵਾਰ ਨੂੰ ਬੁੱਧ ਜੋ ਵੱਕਰੀ ਚੱਲਦੇ ਪਏ ਆ ਉਹ ਪੱਛਮ ਵਿੱਚ ਅਸਤ ਹੋ ਜਾਣਗੇ। ਬੁੱਧ ਦਾ ਅਸਤ ਹੋਣਾ ਮਤਲਬ ਸੂਰਜ ਦਾ ਅਗਲੇ ਘਰ ਜਾਣਾ, ਅਤੇ 16 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ ਭਾਦੋਂ ਦੇ ਮਹੀਨੇ ਦੀ ਸੰਗਰਾਂਦ ਰਹੇਗੀ, ਯਾਨੀ ਸੂਰਜ ਰਾਸ਼ੀ ਪਰਿਵਰਤਨ ਕਰਕੇ ਨਿਕਲ ਕੇ ਕਰਕ ਰਾਸ਼ੀ 'ਚੋਂ ਚਲੇ ਜਾਣਗੇ ਸਿੰਘ ਰਾਸ਼ੀ ਵਿੱਚ। ਸਿੰਘ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਬੁੱਧ ਚੱਲ ਰਹੇ ਨੇ, ਸੂਰਜ ਬੁੱਧ ਦੀ ਜੁੱਤੀ ਬਣੇਗੀ, ਨਾਲ ਸ਼ੁੱਕਰ ਵੀ ਹਜੇ ਤਕਰੀਬਨ ਇਸ ਹਫ਼ਤੇ ਤਾਂ ਇਸੇ ਹੀ ਰਾਸ਼ੀ ਵਿੱਚ ਬਣੇ ਰਹਿਣਗੇ। ਯਾਨੀ ਵੈਸੇ ਕੋਈ ਗ੍ਰਹਿ ਰਾਸ਼ੀ ਪਰਿਵਰਤਨ ਨਹੀਂ ਕਰ ਰਿਹਾ, ਸਿਰਫ ਬੁੱਧ ਜੋ ਹੈ ਇਹ ਅਸਤ ਹੋ ਜਾਣਗੇ ਅਤੇ ਜੋ ਸੂਰਜ ਹੈ ਉਹ ਅਗਲੇ ਘਰ ਚਲੇ ਜਾਣਗੇ। ਕੋਈ ਵੀ ਗ੍ਰਹਿ ਜੋ ਕਿ ਸੂਰਜ ਦੇ ਅੰਡਰ ਆਉਂਦਾ ਹੈ ਉਹ ਤਕਰੀਬਨ ਅਸਤ ਜਾਂ ਵੱਖਰੀ ਹੋ ਜਾਂਦਾ ਹੈ, ਇਹ ਵੀ ਇੱਕ ਵਿਗਿਆਨ ਹੀ ਹੈ, ਸਾਇੰਸ ਹੀ ਹੈ, ਠੀਕ ਹੈ ਜੀ। ਅਤੇ ਨਾਲ 15 ਅਗਸਤ ਵੀਰਵਾਰ ਨੂੰ ਭਾਰਤ ਆਪਣਾ 78ਵਾਂ ਸੁਤੰਤਰਤਾ ਦਿਵਸ ਮਨਾਏਗਾ ਜੀ। ਚਲੋ ਅਤੇ ਹੁਣ ਇਸੇ ਪੰਚਾਂਗ ਮੁਤਾਬਕ, ਯਾਨੀ ਜੋ ਗ੍ਰਹਿਾਂ ਦੀ ਸਥਿਤੀ ਹੈ, ਗ੍ਰਹਿਾਂ ਦੀਆਂ ਸਥਿਤੀਆਂ ਦੇ ਮੁਤਾਬਕ ਜੋ ਜੁੱਤੀਆਂ ਬਣੀਆਂ ਹੋਈਆਂ ਨੇ, ਸਿਰਫ ਸੂਰਜ ਰਾਸ਼ੀ ਪਰਿਵਰਤਨ ਕਰ ਰਿਹਾ, ਬੁੱਧ ਅਤੇ ਸ਼ੁੱਕਰ ਦੀ ਜੁੱਤੀ ਬਣੀ ਹੀ ਹੋਈ ਹੈ। ਸਿਤਾਰਿਆਂ ਮੁਤਾਬਕ ਜਦੋਂ ਬੁੱਧ, ਸ਼ੁੱਕਰ ਅਤੇ ਮੰਗਲ ਅਤੇ ਨਾਲ ਬ੍ਰਹਿਸਪਤ ਚੱਲਦੇ ਪਏ ਆ ਬ੍ਰਿਖ ਰਾਸ਼ੀ ਵਿੱਚ, ਅਤੇ ਰਾਹੂ ਅਤੇ ਕੇਤੂ ਦੀ ਜੁੱਤੀ ਬਣੀ ਹੋਈ ਹੈ, ਰਾਹੂ ਚੱਲ ਰਹੇ ਆ ਮੀਨ ਰਾਸ਼ੀ ਵਿੱਚ, ਅਤੇ ਕੰਨਿਆ ਰਾਸ਼ੀ ਵਿੱਚ ਕੇਤੂ ਹਜੇ ਕਾਫੀ ਦੇਰ ਚੱਲਣਗੇ, ਸ਼ਨੀ ਹਜੇ ਸਭ ਗ੍ਰਹਿ ਹੀ ਰਹਿਣਗੇ ਆਪਣੇ ਘਰ, ਯਾਨੀ ਕੁੰਭ ਰਾਸ਼ੀ ਵਿੱਚ। ਵੈਸੇ ਵੱਕਰੀ ਚੱਲਦੇ ਪਏ ਆ ਸ਼ਨੀ, ਠੀਕ। ਸਿਤਾਰਿਆਂ ਮੁਤਾਬਕ ਜੀ ਤਕਰੀਬਨ ਜਦੋਂ ਜਿਸ ਤਰ੍ਹਾਂ ਜਿਵੇਂ ਜਿਸ ਘਰ ਵਿੱਚ ਜਿਸ ਰਾਸ਼ੀ ਵਿੱਚ ਜੋ ਗ੍ਰਹਿ ਬੈਠਾ ਹੋਵੇ ਉਸਦਾ ਸਾਡੇ 'ਤੇ ਪ੍ਰਭਾਵ ਪੈਂਦਾ ਹੈ, ਅਤੇ ਚਲੋ ਜਾਣਦੇ ਹਾਂ, ਸ਼ੁਰੂਆਤ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਐਰੇਜ਼, ਯਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਕੀ ਕਹਿੰਦੇ ਆ ਸਿਤਾਰੇ। ਮੇਸ਼ ਰਾਸ਼ੀ ਦੇ ਲਈ ਚੰਦਰ ਦੀ ਜੋ ਸਥਿਤੀ ਹੈ ਜੀ, ਉਸ ਕਰਕੇ ਉਲਝਣਾ ਅਤੇ ਜੋ ਥੋੜ੍ਹੀ ਮਾਨਸਿਕ ਪਰੇਸ਼ਾਨੀ ਬਣੀ ਹੋਈ ਹੈ, ਕੰਮਕਾਰ 'ਚ ਰੁਕਾਵਟ ਪਾ ਸਕਦੀ ਹੈ, ਕਿਉਂਕਿ ਚੰਦਰ 7ਵੇਂ ਸਥਾਨ ਵਿੱਚ ਤੁਲਾ ਰਾਸ਼ੀ 'ਚ ਚੱਲ ਰਿਹਾ ਅਤੇ ਉਸ ਤੋਂ ਬਾਅਦ 8ਵੇਂ ਸਥਾਨ ਵਿੱਚ ਜਾਏਗਾ ਇਸ ਹਫ਼ਤੇ। 8ਵੇਂ ਚੰਦਰ ਹਮੇਸ਼ਾ ਪਰੇਸ਼ਾਨੀ ਦਿੰਦਾ ਜੋ ਤੁਹਾਡੇ ਸੁੱਖ ਸਥਾਨ ਦਾ ਮਾਲਕ ਹੈ, ਤਾਂ ਥੋੜ੍ਹੀ ਮਾਨਸਿਕ ਪਰੇਸ਼ਾਨੀ ਤੁਹਾਡੀ ਵਧਣ ਵਾਲੀ ਹੈ। ਵਿਦੇਸ਼ ਜਾਣ ਵਾਲਿਆਂ ਲਈ ਮੰਗਲ ਦੀ ਸਥਿਤੀ ਰਸਤੇ ਖੋਲੇਗੀ, ਅੱਛਾ ਰਹੇਗਾ, ਯਾਤਰਾ ਠੀਕ ਠਾਕ ਸ਼ੁਭਕਾਰੀ ਰਹਿਣ ਵਾਲੀ ਹੈ, ਪਰ ਵਿਦਿਆਰਥੀ ਵਰਗ ਨੂੰ ਥੋੜ੍ਹਾ
ਧਿਆਨ ਨਾਲ ਆਪਣੇ ਪੜ੍ਹਾਈ ਦੇ ਟੀਚੇ ਨੂੰ ਮਿੱਥ ਕੇ ਚੱਲਣਾ ਚਾਹੀਦਾ ਹੈ। ਕਿਸੇ ਤਰ੍ਹਾਂ ਦੇ ਕਿਸੇ ਸਬਜੈਕਟ ਨੂੰ ਜਾਂ ਕਿਸੇ ਟੈਸਟ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਠੀਕ ਹੈ ਜੀ। ਸ਼ੁਭ ਰੰਗ ਸਿਲਵਰ ਅਤੇ ਸ਼ੁਭ ਨੰਬਰ ਰਹੇਗਾ ਇਸ ਹਫ਼ਤੇ ਦਾ ਤੁਹਾਡਾ 1 ਨੰਬਰ। ਅਗਲੀ ਰਾਸ਼ੀ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ। ਬ੍ਰਿਖ ਰਾਸ਼ੀ ਦੇ ਲਈ ਬੁੱਧ ਦੀ ਸਥਿਤੀ ਜੋ ਹੈ ਬਿਜ਼ਨਸ ਕੰਮਕਾਰ ਲਈ ਠੀਕ ਠਾਕ ਹੀ ਜਾਵੇਗੀ। ਪਾਰਟਨਰਸ਼ਿਪ ਵਿੱਚ ਉਲਝਣਾ ਜੋ ਨੇ ਉਹ ਵੱਧ ਸਕਦਾ, ਕੋਈ ਵੀ ਉਲਝੇਵਾਂ। ਹਰ ਸਮੱਸਿਆ ਪਰੇਸ਼ਾਨੀ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਨਾਲ ਡਿਸਕਸ ਕਰੋ, ਸਾਂਝੀ ਕਰੋ ਤਾਂ ਕਿ ਕਿਸੇ ਚੀਜ਼ ਦਾ ਹੱਲ ਮਿਲੇ, ਕਿਉਂਕਿ ਉਹ ਤੁਹਾਡੇ ਆਪਣੇ ਹੀ ਨੇ ਅਤੇ ਪਰਿਵਾਰ ਜੋ ਹੈ ਤਕਰੀਬਨ ਸਾਰੇ ਗ੍ਰਹਿਆਂ ਨਾਲ ਮਿਲ ਕੇ ਹੀ ਯੂਨਿਟੀ ਬਣਦੀ ਹੈ, ਹੈ ਨਾ। ਅਤੇ ਇਸ ਲਈ ਸ਼ੁਭ ਰੰਗ ਇਸ ਹਫ਼ਤੇ ਦਾ ਤੁਹਾਡਾ ਰਹਿਣ ਵਾਲਾ ਹੈ ਜੀ ਗ੍ਰੇ ਕਲਰ, ਅਤੇ ਸ਼ੁਭ ਨੰਬਰ ਰਹੇਗਾ 2 ਨੰਬਰ। ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲੇ। ਵਿਰੋਧੀਆਂ ਦੇ ਉਭਰਣ ਸਿਮਰਟਣ ਕਰਕੇ ਥੋੜ੍ਹੀ ਕਾਰੋਬਾਰ ਅਤੇ ਮਨ ਡਾਵਾਂਡੋਲ ਰਹੇਗਾ, ਕਿਉਂਕਿ ਸਥਿਤੀ ਜੋ ਹੈ ਬੁੱਧ ਦੀ, ਜੋ ਤੁਹਾਡੇ ਲਗਨ ਦਾ ਮਾਲਕ ਬੁੱਧ ਹੈ, ਆਪਾਂ ਦੱਸਿਆ ਤੁਹਾਨੂੰ ਵੱਕਰੀ ਚੱਲ ਰਹੀ, ਇਸ 'ਤੇ ਅਸਤ ਹੋ ਜਾਣਾ। ਇਸ ਕਰਕੇ ਥੋੜ੍ਹੀਆਂ ਥੋੜ੍ਹੀਆਂ ਡਾਵਾਂਡੋਲ ਸਥਿਤੀਆਂ 'ਤੇ ਤੁਹਾਨੂੰ ਇਸ ਹਫ਼ਤੇ ਕਾਰੋਬਾਰ ਕੰਮਕਾਰ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ। ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਚਾਹੀਦੀ ਆ। ਅਤੇ ਕੁੱਤੇ ਅਤੇ ਗਾਂ ਨੂੰ ਰੋਟੀ ਪਾਉਣ 'ਤੇ ਕੇਤੂ ਅਤੇ ਸ਼ੁੱਕਰ ਦੋਨਾਂ ਦਾ ਫਲ ਸ਼ੁਭ ਹੋਵੇਗਾ, ਠੀਕ ਕਰ ਪ੍ਰਭਾਵ ਪਵੇਗਾ। ਸ਼ੁਭ ਰੰਗ ਗੋਲਡਨ ਅਤੇ ਸ਼ੁਭ ਨੰਬਰ ਰਹੇਗਾ ਜੀ 6 ਨੰਬਰ। ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਆਪਾਂ, ਕੈਂਸਰ ਯਾਨੀ ਕਰਕ ਰਾਸ਼ੀ ਵਾਲੇ। ਭਾਵੇਂ ਕਿ ਪਰਿਵਾਰ ਅਤੇ ਬੱਚਿਆਂ ਦਾ ਸਾਥ ਜ਼ਰੂਰ ਮਿਲੇਗਾ, ਪਰ ਕਰਜ਼ਾ ਅਤੇ ਪੈਸਾ ਲੈਣ ਦੇਣ ਕਰਕੇ ਥੋੜ੍ਹਾ ਮਨ ਡਿਸਟਰਬ ਰਹਿ ਸਕਦਾ ਹੈ। ਚੰਦਰ ਨੀਚ ਹੋਏਗਾ ਜੀ ਇਸ ਹਫ਼ਤੇ, ਵ੍ਰਿਸ਼ਕ ਰਾਸ਼ੀ ਵਿੱਚ ਜਾਏਗਾ, ਤੁਹਾਡੇ ਲਗਨ ਦਾ ਮਾਲਕ ਹੈ। ਇਸ ਕਰਕੇ ਥੋੜ੍ਹੇ ਡਿਸੀਜ਼ਨ ਲੈਣ ਵਿੱਚ ਤਾਂ ਪ੍ਰੋਬਲਮ ਤੁਹਾਡੀ ਵੱਧ ਹੀ ਸਕਦੀ ਆ। ਪੀਲਾ ਕੱਪੜਾ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖੋ, ਇਹ ਜ਼ਰੂਰੀ ਰਹੇਗਾ ਬ੍ਰਹਿਸਪਤ ਦੀ ਐਨਰਜੀ ਲੈਣ ਲਈ। ਅਤੇ ਨਾਲ ਮਿਸ਼ਰੀ ਜਲ ਪ੍ਰਵਾਹ ਵੀ ਕਰ ਸਕਦੇ ਹੋ, ਸੇਵਨ ਵੀ ਕਰ ਸਕਦੇ ਹੋ। ਸ਼ੁਭ ਰੰਗ ਸਫੇਦ ਅਤੇ ਸ਼ੁਭ ਨੰਬਰ ਰਹੇਗਾ 7 ਨੰਬਰ। ਇਹ ਸੀ ਕਰਕ ਰਾਸ਼ੀ। ਇੱਕ ਕਾਲਰ ਲੈਂਦੇ ਹਾਂ, ਮਨੋਜ ਕੁਮਾਰ ਜੀ ਜੁੜੇ ਆਪਣੇ ਨਾਲ। ਹਾਂਜੀ ਮਨੋਜ ਜੀ, ਡੇਟ ਆਫ ਬਰਥ ਟਾਈਮ ਦੱਸ ਦਿਓ। ਰਮੇਸ਼ ਜੀ, ਹਾਂਜੀ ਰਮੇਸ਼ ਜੀ, ਡੇਟ ਆਫ ਬਰਥ ਟਾਈਮ ਦੱਸੋ। ਹਾਂਜੀ 12 ਅਪ੍ਰੈਲ 1993 ਠੀਕ ਹੈ ਜੀ, ਠੀਕ ਹੈ। ਨੌਕਰੀ ਨਹੀਂ ਲੱਗ ਰਹੀ, ਠੀਕ ਹੈ। ਮੈਂ ਤੁਹਾਨੂੰ ਦੱਸਦੀ ਹਾਂ ਜੋ ਇਸਦੇ ਤੁਹਾਡੀ ਬੇਟੀ ਦੇ ਲਗਨ ਦਾ ਮਾਲਕ ਹੈ, ਧਨੂ ਲਗਨ ਹੈ, ਔਰ ਸੂਰਜ ਦੀ ਸਥਿਤੀ ਦੇਖਣੀ ਹੈ ਤਾਂ ਸੂਰਜ ਉੱਚ ਦਾ ਬੈਠਾ ਹੈ, ਉਹ ਵੀ 5ਵੇਂ ਸਥਾਨ ਵਿੱਚ, ਬੜੇ ਅੱਛੇ ਸਟਾਰ ਨੇ। ਬ੍ਰਹਿਸਪਤ ਜੋ ਹੈ ਉਹ 10ਵੇਂ ਸਥਾਨ ਵਿੱਚ ਹੈ ਅਤੇ ਬੁੱਧ ਸ਼ੁੱਕਰ ਉੱਚ ਦਾ ਹੈ, ਤਾਂ ਕੀ ਹੈ ਆਪਣਾ ਕੰਮ ਵੀ ਕਰ ਸਕਦੇ ਆ। ਨੌਕਰੀ ਜੋ ਨਹੀਂ ਲੱਗ ਰਹੀ ਤਾਂ ਮੰਗਲ 8ਵੇਂ ਸਥਾਨ ਵਿੱਚ ਹੋਣ ਕਰਕੇ ਤਾਂ ਇਸਦੇ ਉਪਾਅ ਕਰੋ। ਮੰਗਲਵਾਰ ਨੂੰ ਇੱਕ ਮਿੱਠੀ ਰੋਟੀ ਬਣਾਉਣੀ ਹੈ, ਉਹਦੇ 8 ਪੀਸ ਕਰਨੇ ਆ, ਕੁੱਤੇ ਨੂੰ ਪਾਣੀ ਸ਼ੁਰੂ ਕਰ ਦਿਓ, ਕੇਤੂ ਸ਼ੁਭ ਹੋ ਜਾਏਗਾ। ਸਭ ਤੋਂ ਜ਼ਰੂਰੀ ਕੰਮ ਜੋ ਹੈ ਸ਼ਨੀ ਅਤੇ ਚੰਦਰ ਦੀ ਜੁੱਤੀ ਹੈ, ਜੋ ਸਾੜਸਤੀ ਜਨਮ ਤੋਂ ਹੀ ਹੈ, ਤਾਂ ਇਸਦੇ ਲਈ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਪਿੱਪਲ, ਸ਼ਨੀ ਪਿੱਪਲ ਦਾ ਕਾਰਕ ਹੈ, ਉਸਨੂੰ ਪਾਉਣਾ ਸ਼ੁਰੂ ਕਰ ਦਿਓ। ਪਾਣੀ ਚੰਦਰ ਅਤੇ ਸ਼ਨੀ ਦਾ ਪਿੱਪਲ ਹੋ ਗਿਆ, ਇਹ ਲੌਜੀਕਲੀ ਤੁਹਾਨੂੰ ਇਸਦਾ ਅੱਛਾ ਫਲ ਮਿਲੇਗਾ। ਕਦੇ ਕਦੇ ਸਰੋਂ ਦੇ ਤੇਲ ਦੀਆਂ ਬੂੰਦਾਂ ਕੱਚੀ ਜ਼ਮੀਨ 'ਤੇ ਸੁੱਟੋ, ਲਗਾਤਾਰ 48 ਦਿਨ ਵੀ ਸੁੱਟ ਸਕਦੇ ਹੋ, ਸਵੇਰੇ ਸੂਰਜ ਚੜ੍ਹਨ ਦੇ ਟਾਈਮ 'ਤੇ ਜਾਂ ਛੁੱਪਣ ਦੇ ਟਾਈਮ 'ਤੇ। ਪੂਰੀ ਪਾਵਰ 'ਚ ਸੂਰਜ ਉਸ ਟਾਈਮ 'ਤੇ ਨਾ ਹੋਵੇ, ਧਰਤੀ ਨੂੰ ਸ਼ਨੀ ਦੀ ਪਾਵਰ ਮਿਲੇਗੀ। ਸਾੜਸਤੀ ਦਾ ਪ੍ਰਭਾਵ ਘਟੇਗਾ ਤਾਂ ਹੀ ਰਸਤੇ ਮਿਲਣਗੇ, ਨਹੀਂ ਤਾਂ 99 'ਤੇ ਜਾ ਕੇ ਕੰਮ ਖਰਾਬ ਹੁੰਦੇ ਹੀ ਰਹਿਣਗੇ। ਰਸੋਈ 'ਚ ਬੈਠ ਕੇ ਖਾਣਾ ਖਾਣਾ, ਚਾਂਦੀ ਦਾ ਚੌਰਸ ਟੁਕੜਾ ਆਪਣੇ ਕੋਲ ਰੱਖਣਾ, 4 ਗ੍ਰਹਿਆਂ ਦੀ ਐਨਰਜੀ ਨੂੰ ਸ਼ੁਭ ਕਰੇਗਾ ਅਤੇ ਕੁਦਰਤੀ ਤੌਰ 'ਤੇ ਤੁਹਾਨੂੰ ਰਸਤੇ ਮਿਲ ਜਾਣਗੇ। ਇੱਕ ਹੋਰ ਕਾਲਰ ਨੇ, ਹਾਂਜੀ ਹੈਲੋ
ਸੁਖਵਿੰਦਰ ਕੌਰ ਜੀ, ਜਨਮ ਤਰੀਕ ਟਾਈਮ ਦੱਸੋ। ਸੁਖਮਿੰਦਰ ਕੌਰ, ਮੰਮੇ ਨਾਲ ਜੀ। ਜੀ ਸੁਖਮਿੰਦਰ ਜੀ, ਹਾਂਜੀ। 8/5/1971 ਟਾਈਮ ਸਵੇਰੇ 9 ਵਜੇ। ਹਾਂਜੀ ਸੁਖਮਿੰਦਰ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਸਿਹਤ ਬਾਰੇ ਪੁੱਛਣਾ ਚਾਹੁੰਦੇ ਹਾਂ ਜੀ। ਅੱਛਾ, ਸਿਹਤ ਖਰਾਬ ਰਹਿੰਦੀ ਹੈ, ਠੀਕ ਹੈ। ਸੁਣੋ, ਜੋ ਲਗਨ ਹੈ ਤੁਹਾਡਾ ਮਿਥੁਨ ਲਗਨ ਹੈ, ਮਿਥੁਨ ਲਗਨ ਹੈ ਤੁਹਾਡਾ, ਔਰ ਸੂਰਜ ਤੇ ਬੁੱਧ ਦੀ ਜੁਤੀ ਹੈ ਔਰ ਚੰਦਰ ਵੀ ਚੌਥੇ ਸਥਾਨ ਵਿੱਚ ਹੈ, ਤਾਂ ਸਿਹਤ ਜੋ ਖਰਾਬ ਹੈ ਮੰਗਲ ਰਾਹੂ ਕਰਕੇ ਆ, ਜੋ ਕਿ 8ਵੇਂ ਸਥਾਨ ਵਿੱਚ ਹੈ। ਮੰਗਲ ਰਾਹੂ ਦਾ ਅੰਗਾਰਕ ਯੋਗ ਇਹ ਕਈ ਵਾਰੀ ਸਰੀਰ ਵਿੱਚ ਗੱਠਾਂ ਵੀ ਦੇ ਦਿੰਦਾ ਹੈ, ਮਸਲਸ ਦੀ ਪ੍ਰੋਬਲਮ, ਯਾਨੀ ਨਾੜਾਂ 'ਚ, ਅੰਦਰੂਨੀ ਨਾੜਾਂ 'ਚ ਪ੍ਰੋਬਲਮ ਵੀ ਦੇ ਦਿੰਦਾ ਮੰਗਲ ਰਾਹੂ ਦੀ ਜੁੱਤੀ ਹੋਵੇ। ਤਾਂ ਕੀ ਕਰਨਾ, ਤੁਸੀਂ ਇੱਕ ਮਿੱਟੀ ਦਾ ਕੁੱਜਾ ਲੈਣਾ, ਉਹਦੇ ਵਿੱਚ ਜੌਂ ਭਰਨੇ ਆ, ਉੱਤੇ ਢੱਕਣ ਲਗਾਉਣਾ ਅਤੇ ਇਸ ਨੂੰ ਜਲ ਪ੍ਰਵਾਹ ਕਰ ਦੇਣਾ। ਮਿੱਟੀ ਬੁੱਧ ਦੀ ਅਤੇ ਉਹਦੇ ਵਿੱਚ ਜੌਂ ਰਾਹੂ ਦੇ, ਇਹਦੇ ਨਾਲ ਮੰਗਲ ਰਾਹੂ ਦਾ ਉਪਾਅ ਹੋ ਜਾਏਗਾ। ਦੂਸਰੀ ਗੱਲ ਜੋ ਮੇਨ ਹੈ ਉਹ ਇਹ ਹੈ ਕਿ ਕੱਦੂ, ਹਰੇ ਰੰਗ ਦਾ ਕੱਦੂ ਲੈ ਕੇ ਤੁਸੀਂ ਲੰਗਰ 'ਚ ਦੇਣਾ ਸ਼ੁਰੂ ਕਰੋ, ਬੁੱਧਵਾਰ ਜਾਂ ਸ਼ੁੱਕਰਵਾਰ। ਇਹ ਵੀ ਬੁੱਧ ਦਾ ਉਪਾਅ ਹੈ ਜਿਸ ਨਾਲ ਸਿਹਤ ਠੀਕ ਹੋਣੀ ਸ਼ੁਰੂ ਹੋ ਜਾਏਗੀ। ਤਾਂਬੇ ਦਾ ਪੈਸਾ ਲਗਾਤਾਰ 48 ਦਿਨ ਜਲ ਪ੍ਰਵਾਹ ਕਰੋ, ਅਤੇ ਰਾਤ ਨੂੰ ਸਫੇਦ ਚੀਜ਼ ਖਾਣੀ ਬੰਦ ਕਰ ਦਿਓ, ਗੁੜ ਖਾਣਾ ਰਾਤ ਨੂੰ ਬੰਦ ਕਰ ਦਿਓ, ਦਿਨ ਟਾਈਮ 'ਤੇ ਖਾ ਸਕਦੇ ਹੋ, ਰਾਤ ਨੂੰ ਬਿਲਕੁਲ ਬੰਦ ਕਰੋ, ਅਤੇ ਸਵੇਰੇ ਉੱਠ ਕੇ ਮੱਥੇ 'ਤੇ ਦੁੱਧ ਲਾਓ, ਹੌਲੀ ਹੌਲੀ ਸਿਹਤ ਠੀਕ ਹੁੰਦੀ ਜਾਏਗੀ, ਠੀਕ ਹੈ ਜੀ। ਇੱਕ ਹੋਰ ਕਾਲਰ ਨੇ, ਹਾਂਜੀ ਆਪਾਂ ਲੈਂਦੇ ਹਾਂ ਜੀ ਅਗਲੀ ਰਾਸ਼ੀ, ਗੱਲ ਕਰਾਂਗੇ ਲੀਓ ਜਾਨੀ ਸਿੰਘ ਰਾਸ਼ੀ ਵਾਲਿਆਂ ਦਾ, ਕਿਸ ਤਰ੍ਹਾਂ ਦਾ ਜਾਏਗਾ ਇਹ ਹਫ਼ਤਾ। ਭੈਣ ਭਾਈ ਨਾਲ ਸੰਬੰਧ ਠੀਕ ਰੱਖੋ, ਨਹੀਂ ਤਾਂ ਮੰਗਲ ਦੀ ਸਥਿਤੀ ਕਰਕੇ ਘਰੇਲੂ ਝਗੜੇ, ਜ਼ਮੀਨੀ ਜਾਇਦਾਦ ਦੇ ਵੱਧ ਸਕਦੇ ਨੇ, ਰੌਲਾ ਵੱਧ ਸਕਦਾ। ਮੰਗਲ ਕਿਉਂਕਿ ਬ੍ਰਹਿਸਪਤੀ ਨਾਲ ਚੱਲ ਰਿਹਾ, ਤਾਂ ਜੋ ਸੂਰਜ ਦੀ ਸਥਿਤੀ ਹੈ, ਇਸ ਕਰਕੇ ਤੁਹਾਨੂੰ ਘਰੇਲੂ ਝਗੜੇ, ਜ਼ਮੀਨੀ ਜਾਇਦਾਦ ਤੋਂ ਦੂਰ ਅਤੇ ਥੋੜ੍ਹਾ ਸ਼ਾਂਤ ਰਹਿਣਾ ਚਾਹੀਦਾ। ਚੌਲ ਚੀਨੀ ਧਾਰਮਿਕ ਸਥਾਨ 'ਤੇ ਦਿਓ, ਤਾਂ ਕਿ ਸ਼ੁੱਕਰ ਬੁੱਧ ਦੀ ਜੁੱਤੀ ਦਾ ਫਲ ਮਿਲੇ, ਕਿਉਂਕਿ ਬੁੱਧ ਤੁਹਾਡੀ ਇਨਕਮ ਦਾ ਮਾਲਕ ਹੈ। ਜੀਵਨ ਸਾਥੀ ਦਾ ਸਾਥ ਪਰਿਵਾਰ ਵਿੱਚ ਖੁਸ਼ੀ ਹੀ ਦੇਵੇਗਾ। ਸ਼ੁੱਭ ਰੰਗ ਪੀਲਾ ਅਤੇ ਸ਼ੁੱਭ ਨੰਬਰ ਰਹੇਗਾ ਜੀ ਇਸ ਹਫ਼ਤੇ ਦਾ 3 ਨੰਬਰ। ਅਗਲੀ ਰਾਸ਼ੀ ਵਰਗੋ ਜਾਨੀ ਕੰਨਿਆ ਰਾਸ਼ੀ ਵਾਲੇ, ਕੰਨਿਆ ਰਾਸ਼ੀ ਦੇ ਲਈ ਮਾਤਾ ਪਿਤਾ ਦੀ ਸਿਹਤ ਥੋੜ੍ਹੀ ਵਿਗੜ ਸਕਦੀ ਆ, ਹਸਪਤਾਲ ਦੇ ਚੱਕਰ ਲੱਗਣੇ ਸ਼ੁਰੂ ਹੋ ਜਾਣਗੇ ਜਾਂ ਲੱਗ ਰਹੇ ਹੋਣਗੇ। ਚੰਗਾ ਰਹੇਗਾ ਹਰ ਕੰਮ 'ਤੇ ਫੈਸਲਾ ਸਹਿਜਤਾ ਨਾਲ ਕੀਤਾ ਜਾਵੇ, ਕਿਸੇ ਵੀ ਤਰ੍ਹਾਂ ਦਾ, ਭਾਵੇਂ ਸਿਹਤ ਸੰਬੰਧੀ ਡਿਸੀਜ਼ਨ ਹੋਵੇ, ਜਿੱਦਾਂ ਓਪਰੇਟ ਵਗੈਰਾ ਦੇ, ਮੰਗਲ ਦੀ ਸਥਿਤੀ ਕਰਕੇ ਥੋੜ੍ਹੇ ਚਾਂਸ ਬਣ ਸਕਦੇ ਆ, ਤਾਂ ਸੋਚ ਸਮਝ ਕੇ ਹੀ ਹਰ ਫੈਸਲਾ ਕਰਨਾ ਚਾਹੀਦਾ ਸਹਿਜਤਾ ਨਾਲ। ਕਾਰੋਬਾਰ 'ਚ ਪਰਿਵਰਤਨ ਦੇ ਲਈ ਸਮਾਂ ਸਿਤਾਰੇ ਠੀਕ ਠਾਕ ਰਹਿਣਗੇ, ਸਿਹਤ ਲਈ ਥੋੜ੍ਹੇ ਢਿੱਲੇ ਆ, ਬਾਕੀ ਠੀਕ ਜਾਏਗਾ ਹਫ਼ਤਾ। ਸ਼ੁੱਭ ਰੰਗ ਜਾਮਣੀ ਅਤੇ ਸ਼ੁੱਭ ਨੰਬਰ ਰਹੇਗਾ 8 ਨੰਬਰ। ਕੰਨਿਆ ਰਾਸ਼ੀ ਦੇ ਲਈ ਜੋ ਬੁੱਧ ਅਸਤ ਹੋ ਰਿਹਾ ਤਾਂ ਥੋੜ੍ਹਾ ਸੰਭਲ ਕੇ ਹੀ ਚੱਲੋ ਤਾਂ ਵਧੀਆ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲੇ, ਧਨ, ਕੰਮ ਕਾਰ ਤੇ ਨੌਕਰੀ ਠੀਕ ਠਾਕ ਜਾਵੇਗੀ, ਇਨਕਮ ਖਰਚੇ ਤਕਰੀਬਨ ਬਰਾਬਰ ਹੀ ਰਹਿਣਗੇ, ਸਰਕਾਰੀ ਕੰਮ ਲੇਟ ਹੋ ਸਕਦੇ ਨੇ ਜਿਸ ਕਰਕੇ ਥੋੜ੍ਹੀ ਇਰੀਟੇਸ਼ਨ, ਥੋੜ੍ਹਾ ਗੁੱਸਾ ਵੀ ਆਏਗਾ। ਪਿਤਾ ਨਾਲ ਪ੍ਰਾਈਸ ਤੇ ਬਹਿਸਬਾਜ਼ੀ ਤੋਂ ਬਚਣਾ, ਨਹੀਂ ਤਾਂ ਸੂਰਜ ਦਾ ਫਲ ਹੋਰ ਖਰਾਬ ਹੋ ਜਾਏਗਾ। ਤਾਂਬੇ ਦੇ ਗਲਾਸ 'ਚ ਪਾਣੀ ਪੀਓ, ਸ਼ੁੱਭ ਰਹੇਗਾ। ਕਣਕ ਗੁੜ ਮੰਦਰ ਦਵੋ ਅਤੇ ਇਸ ਦੇ ਨਾਲ ਵੀ ਸਿਤਾਰਿਆਂ ਦੀ ਜੋ ਪੋਜ਼ਿਟਿਵ ਐਨਰਜੀ ਉਹ ਮਿਲੇਗੀ। ਸ਼ੁੱਭ ਰੰਗ ਹਰਾ ਅਤੇ ਸ਼ੁੱਭ ਨੰਬਰ ਰਹੇਗਾ 2 ਨੰਬਰ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲੇ, ਸਿਹਤ ਲਈ ਸਿਤਾਰੇ ਢਿੱਲੇ ਤੁਹਾਡੇ ਵੀ ਨੇ ਜੀ, ਅਤੇ ਨਜ਼ਲਾ, ਜ਼ੁਕਾਮ, ਥੋੜ੍ਹਾ ਮੌਸਮ ਦੇ ਐਕਸਪੋਜ਼ਰ ਕਰਕੇ, ਕਿਉਂਕਿ ਚੰਦਰ 8 ਨੰਬਰ ਤੁਹਾਡੇ ਲਗਨ ਵਿੱਚ ਆ ਜਾਏਗਾ, ਉਸ ਤੋਂ ਬਾਅਦ ਦੂਸਰੇ ਸਥਾਨ ਵਿੱਚ ਜਾਏਗਾ ਇਸ ਹਫ਼ਤੇ, ਤਾਂ ਥੋੜ੍ਹਾ ਸਿਹਤ ਦੀ ਪਰੇਸ਼ਾਨੀ, ਥੋੜ੍ਹੀ ਬੈਕ ਪੇਨ ਵਗੈਰਾ ਰਹੇਗੀ। ਸੈਰ ਕਰੋ ਜ਼ਰੂਰੀ ਹੈ, ਬੁੱਧ ਦੀ ਐਨਰਜੀ ਸ਼ੁੱਭ ਕਰਨ ਲਈ ਮੱਥੇ 'ਤੇ ਘੁੰਮ ਯਾਨੀ ਕਿ ਸੰਧੂਰ, ਲਾਲ ਰੰਗ ਦਾ ਕਿਸੇ ਵੀ ਤਰ੍ਹਾਂ ਦਾ ਟਿੱਕਾ ਲਗਾ ਸਕਦੇ ਹੋ ਤੁਸੀਂ ਮੰਗਲ ਦੀ ਐਨਰਜੀ ਨੂੰ ਸ਼ੁੱਭ ਕਰਨ ਲਈ। ਵੈਸੇ ਮੰਗਲ ਬ੍ਰਹਿਸਪਤ ਆਪਣੇ ਘਰ ਨੂੰ ਦੇਖ ਰਹੇ ਆ, ਅੱਛੇ ਆ, ਪ੍ਰੋਬਲਮ ਸਿਰਫ ਚੰਦਰ ਕਰਕੇ ਆ ਸਕਦੀ ਆ। ਕੀੜੀਆਂ ਨੂੰ ਤੁਸੀਂ ਸਤਨਾਜਾ ਪਾ ਸਕਦੇ ਹੋ, ਥੋੜ੍ਹਾ
ਕੀੜਿਆਂ ਦੇ ਭੌਂ ਤੇ ਪਾਓਗੇ ਤਾਂ ਹੋਰ ਵੀ ਵਧੀਆ। ਸ਼ੁਭ ਰੰਗ ਸੰਤਰੀ ਤੇ ਸ਼ੁਭ ਨੰਬਰ ਰਹੇਗਾ 10 ਨੰਬਰ। ਇੱਕ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ। ਅਮਨਪ੍ਰੀਤ ਜੀ, ਡੇਟ ਆਫ ਬਰਥ ਟਾਈਮ ਦੱਸ ਦਿਓ। ਹਾਂਜੀ, 3/26/1993। ਹਾਂ, ਅਮਨਪ੍ਰੀਤ। ਹਾਂਜੀ, 26/3/1993। ਟਾਈਮ ਦੱਸੋ। ਟਾਈਮ 11:50 ਸਵੇਰੇ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਇਹਦੇ ਵਿਆਹ ਬਾਰੇ ਪੁੱਛਣਾ ਜੀ, ਕਾਕੇ ਦੇ ਵਿਆਹ ਬਾਰੇ। ਓਕੇ, ਵਿਆਹ ਬਾਰੇ ਪੁੱਛਣਾ ਕਾਕੇ ਦੇ, ਠੀਕ ਹੈ। ਵੈਸੇ ਤਾਂ ਮਿਥੁਨ ਲਗਨ ਹੈ ਤੁਹਾਡੇ ਬੱਚੇ ਦਾ, ਤੇ ਨਾਲ ਨਵੰਬਰ ਦਸੰਬਰ ਤੋਂ ਬਾਅਦ ਬ੍ਰਹਿਸਪਤ ਚੇਂਜ ਹੋਏਗਾ ਅਗਲੇ ਸਾਲ ਤਕਰੀਬਨ। ਜ਼ਿਆਦਾ ਅੱਛਾ ਹੈ ਵਿਆਹ ਦੇ ਲਈ, ਪਰ ਹੁਣ ਵੀ ਸਮਾਂ ਠੀਕ ਹੈ। ਬ੍ਰਹਿਸਪਤ 12 ਚੱਲ ਰਿਹਾ ਅਤੇ ਸ਼ੁੱਕਰ ਜੋ ਵਰਸ਼ ਕੁੰਡਲੀ 'ਚ ਲਗਨ 'ਚ ਆਇਆ ਹੋਇਆ ਹੈ, ਇਹ ਵੀ ਅੱਛਾ ਹੈ, ਵਿਆਹ ਸ਼ਾਦੀ ਕਰਵਾ ਦਿੰਦਾ। ਪਰ ਕੋਸ਼ਿਸ਼ ਕਰੋ ਕਿ ਬ੍ਰਹਿਸਪਤ ਲਗਨ 'ਚ ਹੋਵੇ ਤਾਂ ਕੀਤਾ ਜਾਵੇ। ਅਗਲੇ ਸਾਲ ਅਪ੍ਰੈਲ ਮਈ ਤੋਂ ਬਾਅਦ ਬ੍ਰਹਿਸਪਤ ਲਗਨ 'ਚ ਆਏਗਾ, ਫਿਰ ਦੂਸਰੇ ਸਥਾਨ ਵਿੱਚ ਜਾਏਗਾ ਤਾਂ ਸ਼ੁਭ ਕੰਮ ਕਰਵਾ ਦੇਵੇਗਾ। ਕਾਹਲੀ ਨਾ ਕਰੋ, ਜਲਦਬਾਜ਼ੀ ਨਾ ਕਰੋ, ਥੋੜ੍ਹੇ ਜਿਹੇ ਮੈਂ ਤੁਹਾਨੂੰ ਉਪਾਅ ਦੱਸਦੀ ਹਾਂ, ਉਹ ਕਰੋ, ਅੱਛਾ ਹੋ ਜਾਏਗਾ। ਬਹੁਤ ਹੀ ਅੱਛੇ ਸਟਾਰ ਹੈ ਤੁਹਾਡੇ ਬੱਚੇ ਦੇ। ਕਾਂਸੀ ਦੇ ਭਾਂਡੇ 'ਚ ਖਾਣਾ ਖਿਲਾਉਣਾ ਸ਼ੁਰੂ ਕਰੋ, ਸ਼ੁੱਕਰ ਸ਼ੁਭ ਹੋਏਗਾ ਤਾਂ ਰਸਤੇ ਹੋਰ ਜ਼ਿਆਦਾ ਅੱਛੇ ਮਿਲਣਗੇ। ਗਾਂ ਨੂੰ ਰੋਟੀ 48 ਦਿਨ ਲਗਾਤਾਰ, ਜਾਂ ਆਲੂ ਵੀ ਗਾਂ ਨੂੰ ਖਿਲਾ ਸਕਦੇ ਹੋ, ਜਾਂ ਆਲੂ ਧਾਰਮਿਕ ਸਥਾਨ 'ਤੇ ਵੀ ਰੱਖ ਸਕਦੇ ਹੋ। ਸ਼ੁੱਕਰ ਦੇ ਹੁੰਦੇ ਆ, ਇਸ ਦੇ ਨਾਲ ਵੀ ਅੱਛੀ ਸ਼ੁਭਤਾ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸਵੇਰੇ ਉੱਠ ਕੇ ਪਾਣੀ ਦਾ ਕੁਰਲਾ ਕਰਨਾ, ਮੱਥੇ 'ਤੇ ਚੰਦਨ ਲਗਾਉਣਾ ਵੀ ਸ਼ੁੱਕਰ ਦੀ ਸ਼ੁਭਤਾ, ਅਤੇ ਜੋ ਰਿਸ਼ਤੇ 'ਚ ਰੁਕਾਵਟਾਂ ਪੈਂਦੀਆਂ ਨੇ ਜਾਂ ਕਿਤੇ ਨਾ ਕਿਤੇ ਗੱਲ ਬਣਦੀ ਬਣਦੀ ਰੁਕ ਜਾਂਦੀ ਹੈ, ਉਹ ਵੀ ਸ਼ੁਭ ਹੋਣੀ ਸ਼ੁਰੂ ਹੋ ਜਾਏਗੀ, ਮਤਲਬ ਅੱਛੀ ਹੋ ਜਾਏਗੀ। ਠੀਕ ਹੈ ਜੀ, ਇੱਕ ਹੋਰ ਕਾਲਰ ਨੇ। ਹਾਂਜੀ, ਜਨਮ ਤਰੀਕ ਜਸਵਿੰਦਰ ਜੀ, ਜਨਮ ਤਰੀਕ ਟਾਈਮ ਦੱਸ ਦਿਓ। 26/11। ਹਾਂਜੀ, 26/11/1990। ਟਾਈਮ 1990 ਪੈਸੇ 'ਚ ਭਾਵੇਂ ਬਰਕਤ ਨਾ ਹੋਵੇ, ਪਰ ਕੰਮ ਕਾਰ ਤੁਹਾਡਾ ਕੋਈ ਨੀ ਰੁਕਦਾ। ਜੋ ਸਿਤਾਰੇ ਤੁਲਾ ਲਗਨ ਹੈ ਤੇ ਸ਼ੁੱਕਰ ਅੱਛਾ ਬੈਠਾ ਹੈ, ਦੂਸਰੇ ਧਨ ਸਥਾਨ ਵਿੱਚ ਹੈ, ਬੁੱਧ ਤੇ ਸੂਰਜ ਨਾਲ ਜੁਤੀ ਬਣਾਈ ਹੈ, ਤਾਂ ਸੂਰਜ ਥੋੜਾ ਲਕਸ਼ਮੀ ਦਾ ਧੂੰਆਂ ਕੱਢਦਾ ਹੀ ਹੈ, ਪਰ ਕੰਮ ਕਾਰ ਤੁਹਾਡਾ ਕਦੇ ਕੋਈ ਨੀ ਰੁਕੇਗਾ। ਪੈਸਾ ਕੰਮ ਲਈ ਹੁੰਦਾ ਤਾਂ ਕੰਮ ਕਰੀ ਜਾਇਆ ਕਰੋ ਤੇ ਪੈਸਾ ਆ ਹੀ ਜਾਏਗਾ। ਇੱਕ ਸਲਾਹ ਹੈ ਗ੍ਰਹਿਆਂ ਦੇ ਮੁਤਾਬਕ, ਕਿਉਂਕਿ ਸੂਰਜ ਸ਼ੁੱਕਰ ਦੀ ਜੁਤੀ ਹੋਵੇ ਤਾਂ ਪੈਸਾ ਤਕਰੀਬਨ ਇਕੱਠਾ ਨਹੀਂ ਹੁੰਦਾ ਜੇ ਆਪਾਂ ਕਹੀਏ ਤਾਂ। ਦੂਸਰਾ ਸੁਣੋ, ਇੱਕ ਤੁਸੀਂ ਉਪਾਅ ਕਰਨਾ, 400 ਗ੍ਰਾਮ ਜੌਂ ਤੇ 400 ਗ੍ਰਾਮ ਦੁੱਧ 4 ਬੁੱਧਵਾਰ ਲਗਾਤਾਰ ਜਲ ਪ੍ਰਵਾਹ ਕਰਨਾ, ਨਜ਼ਾਇਜ਼ ਜਗ੍ਹਾ ਤੇ ਪੈਸਾ ਨਹੀਂ ਲੱਗੇਗਾ। ਤੇ ਤੀਸਰਾ ਮੱਥੇ ਤੇ ਚੰਦਨ ਲਗਾਉਣਾ, ਤੇ ਚੌਥਾ 3 ਕੁੱਤਿਆਂ ਨੂੰ 48 ਦਿਨ ਲਗਾਤਾਰ ਖਾਣਾ ਦੇਣਾ। ਕੇਤੂ ਸ਼ੁੱਕਰ ਤੇ ਨਾਲ ਰਾਹੂ ਸ਼ੁਭ ਹੋ ਜਾਏਗਾ ਤਾਂ ਨਜ਼ਾਇਜ਼ ਪੈਸਾ ਨਹੀਂ ਲੱਗੇਗਾ, ਮਿਹਨਤ ਦਾ ਪੂਰਾ ਪੂਰਾ ਫਲ ਵੀ ਮਿਲੇਗਾ। ਮਤਲਬ ਜੋ ਜਿਸ ਜਗ੍ਹਾ ਤੇ ਅਸੀਂ ਲਗਾਉਣਾ ਚਾਹੁੰਦੇ ਹਾਂ, ਉਹ ਤੁਹਾਡਾ ਮਨ ਦੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਠੀਕ ਹੈ ਜੀ, ਆਪਾਂ ਲੈਂਦੇ ਹਾਂ ਅਗਲੀ ਰਾਸ਼ੀ, ਗੱਲ ਕਰਾਂਗੇ ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਦੇ ਸਿਤਾਰੇ। ਖਰਚੇ ਵਧਣ ਕਰਕੇ ਥੋੜ੍ਹੀ ਆਰਥਿਕ ਸਥਿਤੀ ਕਮਜ਼ੋਰ ਰਹੇਗੀ, ਬਜ਼ੁਰਗਾਂ ਦੀ ਸਿਹਤ ਖਰਾਬ ਹੋ ਸਕਦੀ ਆ। ਪੀਲੇ ਫੁੱਲ ਲੈ ਕੇ ਧਾਰਮਿਕ ਸਥਾਨ ਤੇ ਚੜਾਉਂਦੇ ਰਹੋ ਤਾਂ ਕਿ ਬ੍ਰਹਿਸਪਤ ਜੋ ਮੰਗਲ ਨਾਲ ਚੱਲ ਰਿਹਾ ਸ਼ੁਭ ਫਲ ਦੇਵੇ, ਕਿਉਂਕਿ ਮੰਗਲ ਤੁਹਾਡੇ 12ਵੇਂ ਖਾਨੇ ਦਾ ਮਾਲਕ ਵੀ ਹੈ। ਘਰੇਲੂ ਕਲੇਸ਼ ਕਰਨ ਤੋਂ ਬਚੋ, ਪੜ੍ਹਾਈ ਲਈ ਕੇਲੇ ਬੱਚਿਆਂ ਨੂੰ ਵੰਡ ਸਕਦੇ ਹੋ, ਕੋਈ ਟੈਸਟ ਵਗੈਰਾ ਦੇਣਾ ਜਾਂ ਕੋਈ ਸਕਸੈਸ ਰੁਕੀ ਹੋਈ ਹੈ, ਕੋਈ ਤਰੱਕੀ ਰੁਕੀ ਹੈ ਨੌਕਰੀ ਕਰਨ ਵਾਲਿਆਂ ਲਈ, ਤਾਂ ਕੇਲੇ ਦੋ ਬੱਚਿਆਂ ਨੂੰ ਕੇਤੂ ਦਾ ਸ਼ੁਭ ਪ੍ਰਭਾਵ ਮਿਲੇਗਾ ਤੇ
ਸ਼ੁਭ ਰੰਗ ਅਸਮਾਨੀ ਤੇ ਸ਼ੁਭ ਨੰਬਰ ਰਹੇਗਾ 2 ਨੰਬਰ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲੀ ਸਿਤਾਰੇ ਸ਼ੁਭ ਰਹਿਣਗੇ ਜੀ, ਤੁਹਾਡੇ ਸਰਕਾਰੀ ਪਰੇਸ਼ਾਨੀ ਥੋੜੀ ਘਟੇਗੀ, ਭਾਵੇਂ ਬੁੱਧ ਜੋ ਹੈ 8ਵੇਂ ਸਥਾਨ ਵਿੱਚ ਚੱਲਦਾ ਪਰ ਅਸਤ ਹੋਣ ਕਰਕੇ ਪਰੇਸ਼ਾਨੀਆਂ ਵਿੱਚ ਥੋੜੀ ਨਿਜ਼ਾਤ ਮਿਲਣੀ ਸ਼ੁਰੂ ਹੋ ਜਾਏਗੀ। ਲਗਜ਼ਰੀ ਵਸਤੂਆਂ ਤੇ ਖਰਚੇ ਹੋਣਗੇ, ਸ਼ੁਭ ਕੰਮਾਂ ਲਈ ਪਲੈਨਿੰਗਾਂ ਸਿਰੇ ਚੜ੍ਹਨਗੀਆਂ, ਪਰ ਬੁੱਧ ਸ਼ੁੱਕਰ ਦੀ ਯੁਤੀ ਕਰਕੇ ਨਵੇਂ ਕੰਮ 'ਚ ਪੈਸਾ ਨਹੀਂ ਲਾਉਣਾ ਕਿਉਂਕਿ ਉਹ ਤੁਹਾਡੇ 8ਵੇਂ ਸਥਾਨ ਵਿੱਚ ਚੱਲ ਰਿਹਾ ਤੁਹਾਡੀ ਰਾਸ਼ੀ ਤੋਂ, ਤਾਂ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ, ਥੋੜ੍ਹਾ ਧਿਆਨ ਰੱਖ ਕੇ ਚੱਲੋਗੇ ਤਾਂ ਨੁਕਸਾਨ ਤੋਂ ਬਚੇ ਰਹੋਗੇ। ਬੱਚਿਆਂ ਨੂੰ ਫਲ ਦੇ ਸਕਦੇ ਹੋ ਤੁਸੀਂ ਅੰਬ ਵਗੈਰਾ, ਅਤੇ ਸ਼ੁਭ ਰੰਗ ਨੀਲਾ ਅਤੇ ਸ਼ੁਭ ਨੰਬਰ ਰਹੇਗਾ 18 ਨੰਬਰ। ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਸਰਕਾਰੀ ਨੌਕਰੀ ਕਰਨ ਵਾਲਿਆਂ ਦੇ ਸਿਤਾਰੇ ਇਸ ਹਫ਼ਤੇ ਮਿਹਨਤ ਅਤੇ ਤਰੱਕੀ ਕਰਨ ਵਾਲੇ ਰਹਿਣਗੇ, ਤਰੱਕੀ ਦਵਾ ਸਕਦੇ ਆ। ਤੁਹਾਡੇ ਅਫਸਰਾਂ ਦਾ ਰੁੱਖ ਵੀ ਤੁਹਾਡੇ ਪ੍ਰਤੀ ਤਕਰੀਬਨ ਨਰਮ ਹੀ ਰਹਿਣ ਵਾਲਾ ਹੈ। ਸੂਰਜ ਦੀ ਸਥਿਤੀ ਤੁਹਾਨੂੰ ਮਜ਼ਬੂਤੀ ਦੇਵੇਗੀ। ਮੋਬਾਈਲ ਦੀ ਵਰਤੋਂ ਘੱਟ ਕਰੋਗੇ ਤਾਂ ਰਾਹੂ ਸ਼ਾਂਤ ਰਹੇਗਾ, ਅਤੇ ਚਾਂਦੀ ਆਪਣੇ ਕੋਲ ਰੱਖੋ ਤਾਂ ਕਿ ਚੰਦਰ ਦੀ ਐਨਰਜੀ ਵੀ ਤੁਹਾਨੂੰ ਸ਼ੁਭ ਮਾਨਸਿਕ ਤੌਰ 'ਤੇ ਮਜ਼ਬੂਤੀ ਦੇਵੇ, ਅਤੇ ਸ਼ੁਭ ਰੰਗ ਮਹਿਰੂਨ ਅਤੇ ਸ਼ੁਭ ਨੰਬਰ ਰਹੇਗਾ ਜੀ 11 ਨੰਬਰ। ਪਾਈਸਿਸ ਯਾਨੀ ਮੀਨ ਰਾਸ਼ੀ ਵਾਲੇ ਸਿਤਾਰੇ ਮੀਨ ਰਾਸ਼ੀ ਵਾਲਿਆਂ ਦੇ ਗੁੱਸੇ 'ਤੇ ਕੰਟਰੋਲ ਰੱਖੋਗੇ ਤਾਂ ਹੀ ਚੰਗੇ, ਨਹੀਂ ਤਾਂ ਰਿਸ਼ਤੇ ਖਰਾਬ ਹੋ ਜਾਣੇ, ਅਤੇ ਰਾਹੂ ਦੀ ਸਥਿਤੀ ਜੋ ਕਰਕੇ ਆ ਉਸ ਕਰਕੇ ਇੱਕ ਨਾਰੀਅਲ ਤੁਸੀਂ ਜਲ ਪ੍ਰਵਾਹ ਕਰ ਦਿਓ, ਨਹੀਂ ਤਾਂ ਆਲੇ ਦੁਆਲੇ ਰਿਸ਼ਤੇ ਕਲੋਜ਼ਲੀ ਰਿਸ਼ਤੇ ਥੋੜ੍ਹੇ ਖਰਾਬ, ਜਿਸ ਕਰਕੇ ਥੋੜ੍ਹੀਆਂ ਪਰੇਸ਼ਾਨੀਆਂ ਪਰਿਵਾਰਕ ਅਤੇ ਸਮਾਜਿਕ ਤੌਰ 'ਤੇ ਵੱਧ ਸਕਦੀਆਂ ਨੇ। ਮਿੱਠੀ ਰੋਟੀ ਕੁੱਤੇ ਨੂੰ ਖਿਲਾਓਗੇ ਤਾਂ ਮੰਗਲ ਦਾ ਸ਼ੁਭ ਫਲ ਮਿਲੇਗਾ, ਦੋਸਤਾਂ ਦਾ ਸਾਥ ਆਸ਼ਾਵਾਦੀ ਅਤੇ ਸਕਾਰਾਤਮਕ ਤੁਹਾਡੀ ਸੋਚ ਨੂੰ ਵਧਾਏਗਾ, ਸਰਕਲ ਦਾ ਸਾਥ ਅੱਛਾ ਮਿਲੇਗਾ। ਸ਼ੁਭ ਰੰਗ ਸਲੇਟੀ ਅਤੇ ਸ਼ੁਭ ਨੰਬਰ ਰਹੇਗਾ ਜੀ 12 ਨੰਬਰ। ਠੀਕ, ਗ੍ਰਹਿਆਂ ਦੇ ਮੁਤਾਬਕ ਗ੍ਰਹਿਆਂ ਦੀਆਂ ਬਦਲਦੀਆਂ ਹੋਈਆਂ ਸਥਿਤੀਆਂ ਅਤੇ ਨਾਲ ਬਦਲਦੇ ਹੋਏ ਸਿਤਾਰੇ ਹਮੇਸ਼ਾ ਹੀ ਸਾਡੇ 'ਤੇ ਕਿਸੇ ਨਾ ਕਿਸੇ ਤਰੀਕੇ ਪ੍ਰਭਾਵ ਪਾਉਂਦੇ ਹੀ ਰਹਿੰਦੇ ਆ। ਭਾਵੇਂ ਜਿਵੇਂ ਸੂਰਜ ਦਾ ਰਾਸ਼ੀ ਪਰਿਵਰਤਨ ਹੋਵੇ, ਜਿਸ ਰਾਸ਼ੀ ਵਿੱਚ ਜਾਂਦਾ ਹੈ ਤਾਂ ਉਸ ਰਾਸ਼ੀ ਦਾ ਫਲ ਕਰਦਾ ਹੈ। ਇਸੇ ਤਰ੍ਹਾਂ ਵਾਸਤੂ ਟਿਪ ਵਿੱਚ ਵਸਤੂਆਂ ਦਾ ਸਹੀ ਜਗ੍ਹਾ 'ਤੇ ਹੋਣਾ ਸ਼ੁਭ ਫਲ ਦਿੰਦਾ ਹੈ। ਰੰਗਾਂ ਦੇ ਅਨੁਸਾਰ ਹੀ ਅਸੀਂ ਆਪਣੇ ਮਨ ਦੀ ਸਥਿਤੀ ਨੂੰ ਬਦਲ ਸਕਦੇ ਹਾਂ। ਬਹੁਤ ਜ਼ਿਆਦਾ ਪਰੇਸ਼ਾਨੀ ਹੋਵੇ ਤਾਂ ਪਾਣੀ 'ਚ ਦੁੱਧ ਪਾ ਕੇ ਨਹਾਉਣਾ, ਅਤੇ ਰੈੱਡ ਕਲਰ ਜੋ ਮੰਗਲ ਦਾ ਕਾਰਕ ਹੈ, ਲਾਲ ਰੰਗ ਦਾ ਕੱਪੜਾ ਆਪਣੇ ਕੋਲ ਰੱਖਣ 'ਤੇ ਬਹੁਤ ਸਾਰੀ ਐਨਰਜੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਕਰਕੇ ਦੇਖੋ ਅੱਛਾ ਪ੍ਰਭਾਵ ਮਿਲੇਗਾ। ਠੀਕ ਹੈ ਜੀ, ਇਸੀ ਵਾਸਤੂ ਟਿਪ ਨਾਲ ਹੀ ਗ੍ਰਹਿਆਂ ਦੀ ਐਨਰਜੀ, ਅਤੇ ਹੁਣ ਸਮਾਂ ਹੋ ਗਿਆ ਇਜਾਜ਼ਤ ਦਾ। ਆਪ ਸਭ ਦਾ ਅੱਜ ਦਾ ਦਿਨ ਬਹੁਤ ਸ਼ੁਭ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਮਿਲਦੋ ਇਜਾਜ਼ਤ। ਸਤਿ ਸ਼੍ਰੀ ਅਕਾਲ।